ਪਹੁੰਚਣ ਲਈ ਅਸੀਂ ਕਰਮਜੀਤ ਸੈਣੀ ਮੈਮ, ਦੇਸ਼ਭਗਤ ਸਰ, ਰੁਪਿੰਦਰ ਜੀ ਸੈਣੀ ਮੈਮ, ਸਰਵਿੰਦਰ ਸੈਣੀ ਜੀ, ਉਹਨਾਂ ਦੇ ਵਾਈਫ ਰੀਮਾ ਜੀ, ਜਸਵੰਤ ਸੈਣੀ ਜੀ, ਉਹਨਾਂ ਦੇ ਬੈਟਰ ਹਾਫ ਸੁਰਿੰਦਰ ਜੀ, ਮੀਨਾਕਸ਼ੀ ਜੀ ਅਤੇ ਜੋਏ, ਤੁਹਾਡਾ ਇੱਥੇ ਪਹੁੰਚਣ 'ਤੇ ਅਸੀਂ ਬਹੁਤ ਜੀ ਆਇਆ ਆਖਦੇ ਹਾਂ। ਸਰਬੱਤ ਦਾ ਭਲਾ ਮੰਗਣ ਵਾਲੇ, ਇੰਨੀ ਓਨੈਸਟ, ਇੰਨੀ ਪਿਓਰ ਸੋਲ ਮੈਮ, ਵੀ ਆਰ ਬਲੈਸਡ ਕਿ ਅਸੀਂ ਤੁਹਾਡੇ ਨਾਲ ਰਹੇ ਹਾਂ। ਚੰਗੇ ਕਰਮਾਂ ਦਾ ਹੀ ਕੋਈ ਨਤੀਜਾ ਹੁੰਦਾ ਕਿ ਇਹੋ ਜਿਹੇ ਦੋਸਤ, ਮਤਲਬ ਮੋਰ ਲਾਈਕ ਦੋਸਤ, ਸਿਸਟਰ, ਮਦਰ, ਮਤਲਬ ਇੰਨੇ ਜ਼ਿਆਦਾ, ਮੇਰੇ ਤਾਂ ਬੱਚੇ ਵੀ ਕਰੀ ਜਾ ਰਹੇ, ਮੰਮਾ ਤੁਸੀਂ ਮਹੀਨਾ ਹੋ ਗਿਆ ਤੁਸੀਂ ਐਵੇਂ ਦੇ ਐਕਸਪ੍ਰੈਸ਼ਨ ਨਾਲ ਕਿਉਂ ਘੁੰਮ ਰਹੇ ਹੋ। ਮੇਰੀ ਬੇਟੀ ਦੀ ਐਡਮਿਸ਼ਨ ਹੋਈ, ਮੈਂ ਉਦੋਂ ਮੈਮ ਨੇ ਮੇਰਾ ਫੇਸ ਦੇਖਿਆ, ਮੈਂ ਬੜੀ ਡਿਪਰੈਸਡ ਜੀ ਹੋ ਗਈ ਸੀ। ਉਹਦੇ ਨਾਲ ਅਟੈਚ ਸੀ, ਚੰਡੀਗੜ੍ਹ ਦੀ ਐਡਮਿਸ਼ਨ ਹੋਈ। रंगीली शाम करमजीत सैनी दी। साथियों, रिटायरमेंट ये साडे सारिआं दे जीवन दा इक अहम पड़ाव है। ਅੱਜ ਮੈਡਮ ਦੀ ਹੈ, ਕੱਲ੍ਹ ਸਾਡੇ ਤੇ ਵੀ ਹੁੰਦੀ ਹੈ। ਔਰ ਇਹ ਜਿਹੜਾ ਰਿਟਾਇਰਮੈਂਟ ਹੈਗੀ ਹੈ, ਇਹ ਤਿੰਨ ਤਰੀਕੇ ਨਾਲ ਸਾਡੇ ਜੀਵਨ ਨੂੰ ਅਫੈਕਟ ਕਰਦੀ ਹੈ, ਸਰੀਰਕ, ਮਾਨਸਿਕ ਤੇ ਆਰਥਿਕ। ਔਰ ਰਿਟਾਇਰਮੈਂਟ ਇੱਕ ਥੱਕੇ ਹਾਰੇ ਵਿਅਕਤੀ ਦੀ ਕਹਾਣੀ ਨਹੀਂ ਹੈ, ਇਹ ਤਾਂ ਜਿਹੜਾ ਹੈਗਾ ਪੂਰੇ ਤਜਰਬੇ ਦੀ ਭਰਪੂਰ ਵਿਅਕਤੀ ਹੁੰਦੇ ਨੇ। ਔਰ ਸਾਨੂੰ ਚਾਹੀਦਾ ਵੀ ਇਹਨਾਂ ਤੋਂ ਕੋਈ ਨਾ ਕੋਈ ਲਾਹਾ ਲਿੱਤਾ ਜਾਏ, ਕਿਉਂਕਿ ਜਦੋਂ ਅਸੀਂ ਨੌਕਰੀ ਜਾਂਦੇ ਹਾਂ ਤਾਂ ਉਦੋਂ ਸਾਡੇ ਕੋਲੇ ਕੱਲਾ ਜੋਸ਼ ਜੋਸ਼ ਹੁੰਦਾ ਹੈ, ਪਰ ਉਹਦੇ ਬੜਾਵਾਂ ਸੁਣੰਦੇ ਨੰਦੇ ਸਾਡੇ ਕੋਲ ਜੋਸ਼ ਦੇ ਨਾਲ ਨਾਲ ਹੋ ਸਕਦੇ। ਬਾਕੀ ਹਰ ਵਿਅਕਤੀ ਦਾ ਹਰ ਚੀਜ਼ ਨੂੰ ਤੇ ਦੂਸਰੇ ਵਿਅਕਤੀਆਂ ਨੂੰ ਵੇਖਣ ਨੂੰ ਆਪਣੀ ਸੋਚ, ਸਮਝ ਤੇ ਨਜ਼ਰੀਆ ਹੁੰਦਾ ਹੈ। ਤੇ ਇਸੇ ਨਜ਼ਰੀਏ ਦੇ ਨਾਲ ਇੱਕ ਕਵੀ ਨੇ ਇੱਕ ਸੁੰਦਰਤਾ ਦਾ ਪੈਮਾਨਾ ਜਿਹੜਾ ਹੈਗਾ ਉਸਦੇ ਕਵਿਤਾ ਲਿਖੀ ਹੈ, ਲੱਖਾਂ ਹੋਏ ਸੋਹਣੇ ਤੇ ਲੱਖਾਂ ਹੋਣਗੇ ਵੀ, ਲੱਖਾਂ ਹੋਏ ਸੋਹਣੇ ਤੇ ਲੱਖਾਂ ਹੋਣਗੇ ਵੀ, ਮਾਵਾਂ ਦਿੰਦੀਆਂ ਨੇ ਪੁੱਤ ਜਨਮ ਸੋਹਣੇ। ਪੁੱਤ ਤੋਂ ਇੱਥੇ ਆ ਸਬਲਾਰ ਤੋਂ ਹੈ, ਲੱਖਾਂ ਹੋਏ ਸੋਹਣੇ ਤੇ ਲੱਖਾਂ ਹੋਣਗੇ ਵੀ, ਮਾਵਾਂ ਦਿੰਦੀਆਂ ਨੇ ਪੁੱਤ ਜਨਮ ਸੋਹਣੇ। ਕਈ ਸੋਹਣਿਆਂ ਦੇ ਸੋਹਣੇ ਵੀ ਸਹਾਰੇ ਹੁੰਦੇ, ਕਈ
ਸੋਹਣਿਆਂ ਦੇ ਸੋਹਣੇ ਨੇ ਸਹਾਰੇ ਹੁੰਦੇ, ਕਈ ਸੋਹਣਿਆਂ ਦੇ ਹੁੰਦੇ ਨੇ ਦਮ ਸੋਹਣੇ, ਕਈ ਸੋਹਣਿਆਂ ਦੇ ਹੁੰਦੇ ਨੇ ਦਿਲ ਸੋਹਣੇ, ਤੇ ਕਈ ਸੋਹਣਿਆਂ ਦੇ ਹੁੰਦੇ ਨੇ ਚਮ ਸੋਹਣੇ। ਸੋਹਣਾ ਉਹ ਸੋਹਣਾ ਸਾਰੇ ਸੋਹਣਿਆਂ ਚੋਂ, ਸੋਹਣਾ ਉਹ ਸੋਹਣਾ ਸਾਰੇ ਸੋਹਣਿਆਂ ਚੋਂ ਜਿਹੜੇ ਸੋਹਣੇ ਦੇ ਸੋਹਣੇ ਨੇ ਕੰਮ ਹੁੰਦੇ। ਔਰ ਸਾਡੀ ਕਰਨਜੀਤ ਸੈਣੀ ਇੱਕ ਬਹੁਤ ਪੱਕੀ ਸ਼ਖਸੀਅਤ, ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਔਰਤ। ਇਹਨਾਂ ਦਾ ਹਰ ਕੰਮ ਹੀ ਸੋਹਣਾ, ਸਹਾਰਾ ਵੀ ਸੋਹਣਾ, ਦਿਲ ਵੀ ਸੋਹਣਾ, ਕੰਮ ਵੀ ਸੋਹਣੇ। ਔਰ ਇਹ ਤਾਂ ਤੁਸੀਂ ਦੇਖ ਲਓ ਵੀ ਜੇ ਆਪਾਂ ਚਮ ਦੀ ਗੱਲ ਕਰੀਏ ਤਾਂ ਜੇ ਅੱਜ ਇੰਨੇ ਸੋਹਣੇ ਹੈ ਤਾਂ ਅੱਜ ਤੋਂ 35 ਸਾਲ ਪਹਿਲਾਂ ਤਾਂ ਪਾਣੀਆਂ ਨੂੰ ਅੱਗ ਲਾਉਂਦੇ ਹੋਣੇ। ਬਹੁਤ ਹੀ ਸਤਿਕਾਰਯੋਗ ਸੈਣੀ ਮੈਮ, ਮਿਸਟਰ ਸੈਣੀ, ਸਮੂਹ ਪਰਿਵਾਰ, ਬੇਟਾ ਜੀ, ਮੈਂਬਰਸ ਆਫ ਸਟਾਫ, ਆਪ ਜੀ ਦੇ ਹਿਰਦੇ 'ਚ ਵਿਰਾਜ ਰਹੇ ਪਰਮ ਪਿਤਾ ਪਰਮਾਤਮਾ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਨੂੰ ਐਸਟ੍ਰੋਲੋਜੀ ਦਾ ਸ਼ੌਕ ਹੈ, ਮੈਨੂੰ ਪਤਾ ਹੈ, ਤੁਹਾਨੂੰ ਪਤਾ ਹੋਣਾ ਮੈਂ ਬੁੱਕਸ ਵਗੈਰਾ ਪੜ੍ਹਦਾ ਰਹਿੰਦਾ। ਗੁਜ਼ਰ ਜਾਤੇ ਹੈ ਖੂਬਸੂਰਤ ਲਮਹੇ ਯੂੰ ਹੀ ਮੁਸਾਫਰੋਂ ਕੀ ਤਰ੍ਹਾਂ, ਗੁਜ਼ਰ ਜਾਤੇ ਹੈ ਖੂਬਸੂਰਤ ਲਮਹੇ ਯੂੰ ਹੀ ਮੁਸਾਫਰੋਂ ਕੀ ਤਰ੍ਹਾਂ, ਯਾਦੇ ਵਹੀ ਖੜੀ ਰਹਿ ਜਾਤੀ ਹੈ ਰੁਕੇ ਰਾਸਤੇ। ਕੁਛ ਇਸੇ ਤਰੀਕੇ ਨਾਲ ਸਾਡੀਆਂ ਵੀ ਯਾਦਾਂ ਖੱਟੀਆਂ ਮਿੱਠੀਆਂ ਜੁੜੀਆਂ ਹੋਈਆਂ ਨੇ, ਹਮੇਸ਼ਾ ਸਾਡੇ ਦਿਲ ਵਿੱਚ ਰਹੋਗੇ। ਬੂੜੀ ਹੀ ਨਹੀਂ ਹੁੰਦੀ ਮੇਰੀ ਕੋਈ ਸਹੇਲੀ, ਔਰ ਨਾ ਹੀ ਮੁਝ ਕੋ ਹੈ ਇਜਾਜ਼ਤ ਕਿ ਮੈਂ ਹੋ ਜਾਊਂ ਮੈਂ ਵੀ ਬੂੜੀ। ਸੱਚਾਈ ਨੇ ਢਲੀ ਹੈ ਸਭ ਅਬ ਵੀ ਮਨ ਚਲੀ ਹੈ, ਕਿਰਪਾ ਹੈ ਸਭ ਤੇ ਈਸ਼ਵਰ ਕੀ ਚੱਟਾਨ ਸੀ ਸਭ ਖੜੀ। ਨਾ ਦਰਦ ਕੋਈ ਦਿਲ ਮੇ ਛਾ ਜਾਏ ਵੋ ਮਹਿਫਿਲ ਮੇ, ਵੋ ਸਭ ਕੇ ਕਾਮ ਆਏ ਜੋ ਵੀ ਕਹੀ ਮੁਸ਼ਕਿਲ ਮੇ, ਜੋ ਹੋ ਕਦੀ ਮੁਸ਼ਕਿਲ ਮੇ। ਨਾ ਹੈ ਕੋਈ ਘਮੰਡੀ ਨਾ ਪੈਸੇ ਕਾ ਗਰੂਰ ਉਨਕੋ, ਯਾਰੋ ਕੇ ਕਾਮ ਆਏ ਬਸ ਯੇ ਸੁਰੂਰ ਉਨਕੋ, ਏਕ ਦੂਸਰੇ ਕੀ ਜਾਨ ਯੇ ਛਿੜਕਤੀ ਹੈ ਸਭ ਕੀ ਸਭ, ਮਿਲਤੇ ਹੀ ਯੇ ਕਹੇਗੀ ਫਿਰ ਅਬ ਮਿਲੇਂਗੇ ਕਬ। ਕੋਈ ਪੀ ਰਹੀ ਹੈ ਗ੍ਰੀਨ ਟੀ, ਕੋਈ ਬਨ ਗਈ ਹੈ ਸਾਧਿਕਾ, ਪਰ ਸਭ ਜੀ ਰਹੀ ਹੈ ਮਸਤੀ ਮੈਂ ਉੜ ਰਹੀ ਹੈ, ਬਾਲੋਂ ਮੈਂ ਡਾਈ ਸਭ ਕੇ ਜਵੈਲਰੀ ਵੀ ਸਭ ਕੇ ਸਭ ਸੇ ਹਟ ਕੇ, ਲਾਲੀ ਯੇ ਆਤਮ ਬਲ ਕੀ ਚਿਹਰੇ ਪੇ ਛਾਈ ਸਭ ਕੇ। ਹੇ ਪ੍ਰਭੂ ਮੇਰੇ ਭਗਵਾਨ ਇਨ ਸਭ ਕੋ ਸਵਸਥ ਰੱਖਣਾ, ਜਿਤਨੀ ਥੀ ਕਭੀ ਪਹਿਲੇ ਇਨੇ ਔਰ ਵੀ ਮਸਤ ਰੱਖਣਾ। ਬੂੜੀ ਹੀ ਨਹੀਂ ਹੋਤੀ ਮੇਰੀ ਕੋਈ ਸਹੇਲੀ, ਔਰ ਨਾ ਮੁਝ ਕੋ ਹੈ ਇਜਾਜ਼ਤ ਕੇ ਹੋ ਜਾਊਂ ਮੈਂ ਵੀ ਬੂੜੀ। ਰੱਬਾ ਮੇਰ ਕਰੇ ਸਾਡੇ ਆਪਣਿਆਂ ਤੇ, ਰੱਬਾ ਮੇਰ ਕਰੀ ਸਾਡੇ ਆਪਣਿਆਂ ਤੇ, ਇਹ ਹੱਸਦੇ ਵਸਦੇ ਰਹਿਣ ਮੁਲਾਕਾਤ ਗੱਲਬਾਤ ਭਾਵੇਂ ਨਾ ਵੀ ਹੋਵੇ, ਇਹ ਸਾਡੇ ਦਿਲ ਵਿੱਚ ਵਸਦੇ ਰਹਿਣ, ਇਹ ਸਾਡੇ ਦਿਲ ਵਿੱਚ। ਧੰਨਵਾਦ। ਮੈਨੂੰ ਤਾਂ ਉਹ ਦਿਨ ਯਾਦ ਹੈ ਫਸਟ ਡੇ ਦਾ ਸਕੂਲ ਚ ਐਂਟਰ ਹੋਇਆ, ਸ਼ੀ ਵਾਸ ਸਟੈਂਡਿੰਗ ਦੇਅਰ ਆਲ ਸਮਾਈਲਸ ਐਂਡ ਵੈਲਕਮ। ਅਸੀਂ ਇੱਕ ਦੂਸਰੇ ਨੂੰ ਬਿਲਕੁਲ ਨਹੀਂ ਸੀ ਜਾਣਦੇ। ਮੈਂ ਗੇਟ ਨੂੰ ਹਲੇ ਐਂਟਰ ਹੀ ਕੀਤੀ ਸੀਗੀ ਤੇ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ, ਸ਼ੋਅੰਤਾ ਤਾਂ ਮੈਡਮ ਦੀ ਪਾਰਟੀ ਸੀ ਉੱਧਰ, ਮੈਨੂੰ ਨਾਲ ਲੈ ਕੇ ਗਏ ਇੱਥੇ ਘੁਮਾਇਆ। ਉਸ ਤੋਂ ਬਾਅਦ ਸ਼ੀ ਵਾਸ ਆਲਵੇਜ਼ ਸਟੈਂਡਿੰਗ ਬਿਹਾਈਂਡ ਅਸ ਲਾਈਕ ਐਲਡਰ ਸਿਸਟਰ, ਉਹ ਹੀ ਕੰਮ ਹੈ। ਤੇ ਦੂਸਰਾ ਜਿਹੜਾ ਰੋਹਿਤ ਜੀ ਨੇ ਕਿਹਾ ਨਾ ਬੈਂਸ ਵਾਲਾ, ਮੈਡਮ ਬੈਂਸ ਦਾ ਵੀ ਜਿਹੜਾ ਟੱਗੇ ਲਾਉਂਦੇ ਸੀ ਇਹਨੂੰ ਬਹੁਤ ਵੱਡਾ ਸੀ, ਅਸੀਂ ਪਿੱਛੇ ਬੈਠਦੇ ਸੀ, ਪਿੱਛੇ ਬੈਠਦੇ ਸੀ, ਇਹਨਾਂ ਬਾਰੇ ਮੈਂ ਕੀ ਕਹਾਂ, ਮੇਰੀ ਗੈਰਸਮੈਂਟ ਲਵਲੀ ਲਾਈਵਲੀ ਐਨਰਜੈਟਿਕ ਐਂਡ ਸਪੋਰਟਿਵ। ਮੈਡਮ ਸੋਨੀਆ ਨੇ ਪੋਇਟਿਕ ਢੰਗ ਨਾਲ, ਅਭਿਨੂ ਨੇ ਅਲੱਗ ਅਲੱਗ ਵਿਸ਼ੇਸ਼ਤਾਵਾਂ ਬਹੁਤ ਪੱਕੀ ਸ਼ਖਸੀਅਤ ਦੀਆਂ ਦੱਸੀਆਂ, ਤੇ ਟੌਪ ਇਟ ਆਲ ਕਰਮਜੀਤ ਦੇ ਬਾਬਾ ਜੀ ਮਨੋਹਰ ਸਾਹਿਬ ਨੇ ਤਾਂ ਇੱਕ ਸਪਿਰਚੁਅਲ ਡਾਇਮੈਂਸ਼ਨ ਵੀ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ।
को कहते हैं आपकी तारीफ में जब मैंने सब कुछ कह दिया तो दिल ने मुझको ये कहा कि बाकी तो सब कुछ रह गया। That's why I made a special request to Abhinav. जो जो तुसी करमजीत बारे कहा है वो बिल्कुल 100% हुआ है। ये ऐसी बहुत पक्की शख्सियत है जिसने मैनू बड़ी खुशी है कि ना सिर्फ इत्थे ही अपने कदमों के निशान तुहाडे दिलां च छड्डे है पर मैडम ने जिथे जिथे भी सर्विस की है ये बड़े लोंग लास्टिंग इन्हों दी मैमरीज वो स्टाफ के कोल है। मैं तुहानू सारयां नू मुबारक दिंदी हाँ कि तुसी इन्ना समा इन्हां नाल बतीत कर सके ते मैनू तुहाडे ते पूरा विश्वास है कि तुसी इन्हू दिलों भुलाओगे नहीं। कुछ एक गल्लां जिहड़ियां रह गईयां वो खैर जिवें कहिंदे आ ना कि कुम्हारी तां अपने ही भांडे की सराहना करती है सो जो मैं कुछ बोलांगी तो यही लगेगा कि ये तो इहदी अपनी है तां ये कह रही है। मैडम मैथमैटिक्स पढ़ाते हैं और अज मैं तुहानू अपनी वीकनेस दसदी हाँ कि मैनू तो मैथमैटिक्स तो शुरू दिन तो डर लगता सी और जिदन पेपर हुंदा सी तो मैनू बुखार चढ़ जाता सी। मैं हुण भी 66 साल की हो गई पर जिहड़ा मेरा माड़ा सुपना हुंदा वो यही हुंदा कि मैं एग्जामीनेशन हॉल च बैठी हाँ तो मैनू पेपर नहीं आ रहा। सो मैनू करमजीत हर पल जिहड़ी आ उह चेते रहिंदी है। मैं आप सब की धन्नवादी हाँ कि तुसी इन्ने चंगे ढंग नाल करमजीत नूं विदाई दे रहे हो और सानूं भी उहदे विच तुसी शामिल कीता। आई कॉन्ग्रेचुलेट ऑल द स्टाफ एंड आई थैंक यू ऑल। तां हुण मैं रिक्वेस्ट करूंगी जॉय बेटा यू कैन शेयर योर एक्सपीरियंस अबाउट योर मदर विद अस। थैंक यू बहुत ही प्यार है जो तुम ऑर्गेनाइज किया है ठीक है। एंड अभिनव सर ने सोनिया मैम ने सर ने बहुत 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 ही प्यारे तरीके मम्मा ने एक इन्नी मल्टी डायमेंशनल पर्सनैलिटी सब के सामने शेयर किया। मेरे को कुछ इस टाइम होने लगे कुछ है नहीं बट एक एस्पेक्ट है जो सिर्फ मेरे वालों ही शेयर हो सकता है वो है करणजीत सैनी एंड माधव। छोटे होंदे तो ना स्कूल क्लैप चाहिए एक बहुत बड़ी ये मिस हो रहा करणजीत सैनी ऐसे मदर छोटे होंदे ना स्कूल विच छोटे बच्चों नु ऐसे आंदा सी माय मदर ऑल फील आ रही है थोड़ी जी आज। वाओ 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 मैं कुछ प्रिपेयर नहीं किया दिस इज शो स्टॉपर स्पीच। थैंक यू सर। मदर एक वर्ड एक रिलेशन एक रिस्पॉन्सिबिलिटी ये सब कुछ है बट उस सब के ऊपर मदर एक ऐसे मानती है जो किस्मत वाले में मिलती है कि मैं सब तो ज़्यादा इतने किस्मत वाला कि मैंने मेरी माँ मिली है। सच बोलना मेहनत करना ऑनेस्ट रहना ईमानदार रहना कदे भी रब ना भूलना ये मेरी माँ ने मैं सिखाया। अपने लाइफ च मम्मा ने बहुत काम करे है इन्होंने एक जिमें कि सोशल लाइफ होंगी है वर्क लाइफ होंगी एक हाउस लाइफ होंगी मम्मा ने सारे डे जब काम करके वापस आना ठीक है बंदा बहुत थकिया होंगे बट स्टिल कदे शो नहीं किया कि मैं थकी हुई हूँ उस स्ट्रेस नूं इन्होंने इन्ना प्यारा बैलेंस करना तो उस तो बाद सादा ख्याल रखना ये सिर्फ तो सिर्फ एक माँ कर सकती है। कोई भी साडे स्कूल च इवेंट होंदा कोई भी साडे स्कूल च फंक्शन होंदा ही वाज ऑलवेज देयर फॉर मी। असीं लाइफ च जो भी डिसीजन लिए ठीक है उन्होंने हमेशा साथ दिता है चाहे वह सही है चाहे गलत है गलत होने पर टोकिया भी है बट हमेशा एक पत्थर की तरह मम्मा मेरे नाल खड़े ने ते अभिनव सर तुसीं कहिंदे सी ना कि 5-10% भी हो जाए तुहाडे जिन्ना मैं तो कहना मैं 1% भी अपनी मम्मा वर्गा होगा मैं अपनी लाइफ में समझ सकता हूँ। मम्मा मैं बहुत लकी हाँ कि तुम मेरी माँ हो एंड हम एक टाइम आ गया एक नवा फेज है तुम्हारी लाइफ से जितने हम ये सारी रिस्पॉन्सिबिलिटीज तुम सामू दो ठीक है
ਤਾਂ ਜੋ ਅਸੀਂ ਅੱਗੇ ਜਾ ਕੇ ਐਵੇਂ ਦੇ ਇਨਸਾਨ ਬਣਨ ਕਿ ਮੇਰੇ ਡਾਇਮੰਡ ਸਪੀਚ 'ਤੇ ਵੀ ਕੋਈ ਮੈਨੂੰ ਇਸ ਤਰੀਕੇ ਨਾਲ ਸੈਂਡ ਆਫ ਕਰੇ ਜਿਵੇਂ ਤੁਸੀਂ ਸਾਰਿਆਂ ਨੂੰ ਦੱਸਿਆ। ਥੈਂਕ ਯੂ ਸੋ ਮੱਚ ਫੋਰ ਬੀਂਗ ਦੇਅਰ ਇਨ ਮਾਈ ਲਾਈਫ ਇਨ ਐਵਰੀ ਵਨ ਲਾਈਫ ਸਭ ਦੀ ਅਤੇ ਥੈਂਕ ਯੂ ਸਾਰੇ ਪਿਆਰੇ ਸਟਾਫ ਮੈਂਬਰਸ ਨੂੰ ਇੰਨਾ ਪਿਆਰੀ ਜੀ ਸੈਰੀਮਨੀ ਔਰਗਨਾਈਜ਼ ਕਰਨ ਲਈ। ਥੈਂਕ ਯੂ ਸੋ ਮੱਚ। ਹੈਲੋ ਸਾਰੇ ਸਤਿਕਾਰਯੋਗ ਸਟਾਫ ਮੈਂਬਰਸ ਅਤੇ ਸਾਡੇ ਪਰਿਵਾਰਕ ਮੈਂਬਰਸ, ਮੈਂ ਜੀ ਨੂੰ ਬਹੁਤ ਮਹਿਸੂਸ ਕੀਤਾ, ਖੁਸ਼ੀ ਮਹਿਸੂਸ ਕੀਤੀ ਹੈ ਕਿ ਜੋ ਮਤਲਬ ਕਿ ਟੀਚਰ ਦੇ ਵਿੱਚ ਗੁਣ ਹੋਣੇ ਚਾਹੀਦੇ ਆ ਉਹਨਾਂ ਤੁਸੀਂ ਬੜੀ ਬਰੀਫਲੀ ਐਕਸਪਲੇਨ ਕੀਤਾ ਅਤੇ ਲੋਕਾਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਜਾਂ ਹੋਰਾਂ ਵਿੱਚ ਇਹ ਪੱਕੀ ਭਾਵਨਾ ਪਵਿੱਤਰਤਾ ਕੀਤੀ ਹੈ ਕਿ ਆਪਾਂ ਇਹਨਾਂ ਨੂੰ ਫੋਲੋ ਕਰਦੇ ਹਾਂ ਇਸ ਤਰ੍ਹਾਂ ਕਰਕੇ ਬਹੁਤ ਪ੍ਰੋਪਰ ਵੇ ਦੇ ਨਾਲ ਤੁਸੀਂ ਕੀਤਾ। ਅਤੇ ਐਕਚੁਅਲੀ ਮੈਂ ਪਾਵਰ ਸੈਕਟਰੀ ਹੋਣ ਦੀ ਮੇਰੀ ਜੋਬ ਰਹੀ ਹੈ, ਮੈਂ ਰਿਟਾਇਰਮੈਂਟ ਹੋ ਸਕਦੀ ਅਤੇ ਬੇਸਿਕਲੀ ਕੀ ਹੁੰਦਾ ਜਿੱਥੋਂ ਇਹ ਬਿਲਕੁਲ ਡਿਫਰੈਂਟ ਟਾਈਪ ਦੀ ਮਤਲਬ ਸਰਵਿਸਿਜ ਹੈਗੀ ਕਿਉਂਕਿ ਮੇਰੀ ਜੋਬ ਇਸ ਤਰ੍ਹਾਂ ਸੀ ਮੈਂ ਘਰ ਨੂੰ ਟਾਈਮ ਦੇ ਪਾਉਂਦਾ, ਬਾਰਿਸ਼ ਹੋਈ ਮੈਨੂੰ ਨਿਕਲਣਾ ਪੈਂਦਾ, ਪਾਵਰ ਸੈਕਟਰ ਸੀ, ਸੈਕਸ਼ਨ ਸਰਵਿਸ ਮੀਟਿੰਗ ਰੱਖਣੇ ਪੈਂਦੇ ਸੀ, ਜਿੱਦਾਂ ਮੀਨ ਟਾਈਮ ਇਹ ਇਹਨਾਂ ਦੀ ਰਿਸਪੋਂਸੀਬਿਲਟੀ ਸੀ ਇਹਨਾਂ ਨੇ ਪ੍ਰੋਪਰ ਜਿਹੜੀ ਹੈ ਮੈਨੂੰ ਕਈ ਵਾਰ ਰੋਕਣਾ ਵੀ ਹੈ, ਇਹਨੇ ਕਿਹਾ ਤੁਸੀਂ ਬੱਚਿਆਂ ਨੂੰ ਕੀ ਕੀਤਾ, ਸਾਰੇ ਬੱਚੇ ਮੈਂ ਪਾਲੇ ਆ ਸਾਡੇ ਵਿੱਚ ਇਹੀ ਹੁੰਦਾ ਸੀ ਤੁਹਾਡੀ ਵੀ ਕੰਟਰੀਬਿਊਸ਼ਨ ਹੈ, ਮੈਂ ਕਿਹਾ ਮੇਰੇ ਤਾਂ ਨੈਸ਼ਨਲ ਰਿਸਪੋਂਸੀਬਿਲਟੀ ਹੈ ਸੈਂਸਲ ਸਰਵਿਸ ਸਟਾਫ ਨੇ ਮਤਲਬ ਬਹੁਤ ਵਾਰ ਮੈਂ ਆਪਣੇ ਵੱਲੋਂ ਮੇਰੇ ਸਟਾਫ ਨੂੰ ਬਹੁਤ ਧੰਨਵਾਦ ਕਰਨਾ, ਤੁਸੀਂ ਇੰਨੀ ਇੰਪੋਰਟੈਂਸ ਦਿੱਤੀ ਹੈ ਅਸੀਂ ਬਹੁਤ ਬਹੁਤ ਸ਼ੁਕਰ ਬੈਸਟ ਆਫ ਲੱਕ ਹੈ ਬੈਸਟ ਵਿਸ਼ਿਸ਼ ਟੂ ਆਲ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਦੇਖੋ ਮੈਂ ਆਪਣੇ ਭਰਾ ਵਰਗਾ ਜਾਂ ਪੂਨੀਆ ਮੈਡਮ ਵਰਗਾ ਜਾਂ ਸਾਡੇ ਬਾਬਾ ਜੀ ਉਹਨਾਂ ਵਰਗਾ ਬੁਲਾਰਾ ਤਾਂ ਨਹੀਂ ਹੈਗਾ, ਮੈਂ ਇੱਕ ਆਮ ਇਨਸਾਨ ਹੀ ਹਾਂ। ਤੁਸੀਂ ਜਿੰਨਾ ਪਿਆਰ ਸਾਡੀ ਭੈਣ ਨੂੰ ਦਿੱਤਾ ਇਹ ਬਹੁਤ ਇਹਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮੈਂ ਅੱਜ ਜਾ ਕੇ ਦੇਖਿਆ ਵੀ ਇਹ ਪੂਰਾ ਬਹੁਤ ਵੱਡਾ ਪਰਿਵਾਰ ਹੈ ਜੋ ਸਮਰੋਥ ਸਕੂਲਦਾ ਹੈ, ਇਹਨੂੰ ਇਹ ਕਦੇ ਵੀ ਨਹੀਂ ਭੁੱਲਦਾ ਅਤੇ ਕਦੇ ਵੀ ਸਾਡੀ ਇਸ ਸਕੂਲ ਨੂੰ ਜਾਂ ਕਿਸੇ ਪਰਸਨਲ ਲੋੜ ਪਵੇ ਮੈਂ ਆਪਣੀ ਭੈਣ ਵੱਲੋਂ ਅਤੇ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਹਮੇਸ਼ਾ ਤੁਹਾਡੇ ਨਾਲ। ਥੈਂਕ ਯੂ। ਅੱਜ ਤੁਸੀਂ ਮੈਨੂੰ ਰਿਟਾਇਰਮੈਂਟ ਪਾਰਟੀ ਦੇ ਲਈ ਬੁਲਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਮੇਰੇ ਲਈ ਬਹੁਤ ਕੁਛ ਕਿਹਾ, ਜੋ ਮੈਨੂੰ ਪਰਮਾਤਮਾ ਨੇ ਜਿਵੇਂ ਦਾ ਬਣਾਇਆ ਜੋ ਮੈਨੂੰ ਠੀਕ ਲੱਗਿਆ, ਮੈਂ ਕੁਛ ਸੋਚ ਮਿਥ ਕੇ ਕਦੇ ਕੁਛ ਨਹੀਂ ਕੀਤਾ, ਜੋ ਜੋ ਖਿਆਲ ਆਏ ਹੈ ਉਵੇਂ ਉਵੇਂ ਚੱਲਦਾ ਰਹੇ। ਕੰਮ ਕਰਨ ਦੀ ਇੱਛਾ ਰਹੀ ਹੈ ਸ਼ੁਰੂ ਤੋਂ, ਜਦੋਂ ਦੀ ਜੌਬ 'ਚ ਆਈ ਹਾਂ ਮੈਨੂੰ ਕੰਮ ਕਰਨਾ ਕੋਈ ਵੀ ਫੇਲ ਕਿਤੇ ਵੀ। ਮਨੋਜ ਸਰ ਕਹਿ ਰਹੇ ਸੀ ਕਿ ਰੈਸਟਲੈਸ, ਹਾਂ ਮੈਂ ਮੰਜੇ 'ਤੇ ਨਹੀਂ ਜਾ ਸਕਦੀ, ਮੈਂ ਲੋਕਾਂ ਨੂੰ ਨਹੀਂ ਦੇਖ ਸਕਦੀ ਡਿਸਟ੍ਰੈਸ, ਮੈਨੂੰ ਲੱਗਦਾ ਸੜਕ 'ਤੇ ਵੀ ਆਉਂਦੇ ਹੁੰਦੇ ਸੀ ਦੁਨੀਆ ਲੰਘ ਜਾਂਦੀ ਹੈ, ਕੋਈ ਟ੍ਰੈਫਿਕ ਵੀ ਹੁੰਦਾ ਸੀ, ਕਿਸੇ ਦਾ ਕੋਈ ਪ੍ਰੋਬਲਮ ਵੀ ਹੋਈ ਹੁੰਦੀ ਸੀ, ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਉਹਦੇ ਅੰਦਰ ਵੜ ਕੇ ਦੇਖਾਂ ਕੀ ਪ੍ਰੋਬਲਮ ਹੈ, ਜੇ ਮੈਂ ਹੈਲਪ ਕਰ ਸਕਦੀ ਹਾਂ। ਸੋ ਮੇਰਾ ਆਪਣੇ ਵਿੱਚ ਕੁਛ ਨਹੀਂ ਹੈ, ਇਹ ਸਾਰੇ ਗੁਣ ਪਰਮਾਤਮਾ ਦੇ ਹੈ, ਇਹ ਮੇਰੀ ਫੈਮਿਲੀ ਵੱਲੋਂ ਮੈਨੂੰ ਮਿਲੇ ਸੀ, ਮੈਂ ਉਹਨਾਂ ਨੂੰ ਅਪਣਾਇਆ, ਬਹੁਤ ਗੁਣ ਮੈਂ ਸਟਾਫ ਵਿੱਚੋਂ ਲਏ ਹੈ, ਬਹੁਤ ਤਰ੍ਹਾਂ ਦੀ ਦੁਨੀਆ ਨਾਲ 35 ਸਾਲ ਦੇ ਕੈਰੀਅਰ 'ਚ, ਪਹਿਲਾਂ ਆਤਮਾ ਰਾਮ ਕੁਮਾਰ ਸਭਾ 'ਚ 80 ਦਾ ਸਟਾਫ ਸੀ, ਉੱਥੇ ਮੈਂ ਸਭ ਤੋਂ ਛੋਟੀ ਸੀ ਪਰ ਉਹ ਲੋਕ ਬਹੁਤ ਪਿਆਰ ਨਾਲ, ਸਭ ਤੋਂ ਛੋਟਾ ਬੱਚਾ ਮੈਂ ਉਹਨਾਂ 'ਚ ਸੀ ਜਦੋਂ ਮੈਂ ਜੁਆਇਨ ਕੀਤਾ। ਉਹ ਤੋਂ ਬਾਅਦ ਵਿਆਹ ਹੋਇਆ, ਵਿਆਹ 'ਚ ਫੈਮਿਲੀ 'ਚੋਂ ਜੋ ਦੇਖਿਆ ਇਹਨਾਂ 'ਚ ਇੱਕ
पेरेंट्स तो मेरे पिलर है ही सी, मेरे ब्रदर, मेरे मेरिया भरजाइया, मेरे पिछे बैकबोन बहुत तकड़ी रही है। मतलब कि मैनू एक गल शुरू तो ही लगती सी भी मैं कुछ भी कर ला किता तो वधिया ही है, अच्छी सोच किता है, लेकिन यह सारा कुछ रब के डर च किता है। शुरू तो ही घर च रिलीजियस माहौल से, डर कदे लग्या नहीं, हमेशा मैनू थोड़े लिए भी मैं थोड़ा सब लिये अरदास दुआ करती हाँ कि वाहिगुरु जी जदों तुसीं सच ते तुरोगे ना डरन की किसे तो कोई लोड़ है ही नहीं, सच ते परमात्मा विच कोई अंतर नहीं है। व्याह तो बाद मैनू सपोर्ट मिली है मेरे रूपी दी, जो मैं अज हाँ इन्हां दे मैनू, जे मेरे बच्चे दा नाम जॉय है ते ओ भी इन्हां वल्लों मेरे भाजी वल्लों रख्या गया। मेरी हर साइड ते, मैं हॉस्पिटल चा तो दीदी मेरी साइड ते, जब मैं रात को 12 बजे भी तकलीफ चा तो मेरी फैमिली ते मेरे रूपी दी ए स्ट्रोंग पिलर। शायद मेरी पेरेंट्स ते मेरे दीदी ना होंदे मेरी लाइफ च तो मेरी लाइफ शायद एवें दी ना होंदी। अज भी मैनू माण है कि परमात्मा ने मैनू बहुत सोहने रिश्ते, मैनू अध्यापक साथियों में चाहे कोई प्रिंसीपल रहे हैं कुमार सभा तो शुरू करके बहुत अच्छे अच्छे, मैनू पता ही नहीं दुनिया माड़ी, मैनू नहीं पता माड़ी की हुंदा वर्ड, मैनू बहुत अच्छे लोग मेरी लाइफ च मिले हैं। मेरा फ्रेंड सर्कल बहुत स्ट्रोंग है, चाहे फिजिकली किसी नू नेड़े ते मिलिए ना मिलिए, ओह हमेशा किसी दे नाल रहना फिजिकली पॉसिबल नहीं हुंदा सारा टाइम, लेकिन उन्हां दी यादां विच उन्हां दी यादां दी सपोर्ट नाल तुरना लाइफ है। सो इत्थे भी 11.5 साल मैं उपल एड़ी विच बिताए हैं, उह स्टाफ भी मेरे नाल है, उत्थे दे जिहड़े 5-7 पिंडां दे लोग सी अज भी मैनू याद करदे ते मैं उन्हां दे हर फंक्शन ते पहुंचदी हां क्योंकि दे आर सोर्स ऑफ इंस्पीरेशन फॉर मी। इसे तरह मैं कुमार साहब दे च सनौर स्कूल जाके मैनू 15 साल 7 महीने 10-12 दिन हो गए। सो इत्थे दा सफर भी बहुत सोहना निकलिया, इत्थे भी हर बंदा थोड़ी नेचर दा नहीं हुंदा, तुसी थोड़े विचार वक्रे हो सकते हैं पर आपां सारे इक्को जिहे हां, विचारां करके किसी नाल थोड़ी बहुत कदे कलैश हो भी जांदा है पर मन विच कुछ नहीं हुंदा क्योंकि आइडियोलॉजी सब दी डिफरेंट है। सो मैं अज अपने एजुकेशन का जोड़ा सफर से 29 तरीक न गोल अटेन कर लिया, सारा कुछ वाहगुरु की दया च होया। अरदास है कि जोड़े भी स्कूलों मैं काम किया या मेरा सनौर स्कूल दिन दुगनी रात चौगनी तरक्की करे, जिमें मेरे ब्रदर वालों कहा गया है कि परमात्मा रब ना करे थोनू किसी भी स्टेज पर साड़ी जरूरत पी किसी भी तरह की असं थोड़े न। सो सारिया का बहुत बहुत शुक्रिया, थैंक यू। Thank you.
यंग एज यू बिलीव एज ओल्ड एज यू टॉक नंबर वन ये चीज क्लियर होगी दूसरी जब सू लगता है कि कहानी खत्म होगी असल में उदो कहानी शुरू होगी साडिया करमजीत सैनी मैडम ने सारे स्टाफ वालों रिस्पेक्टेड प्रिंसीपल मैम वालों बच्चों वालों जिहड़े इन्हां कोल हुण पढ़ रहे सी जिहड़े पढ़ के गए ये सारे फ्लोरा फोना वालों सारे इंफ्रास्ट्रक्चर वालों पूरे दे सारे जीव जंतुआं वालों मैडम नूं इही साडी गुड विशेज है कि इन्हां दी नवीं कहानी शुरू होएगी और ओनी ही ओजस्वी होएगी ओनी ही वधिया होएगी इन्हां दी ए वाली कहानी रही क्योंकि अजे मैडम ने बहुत सारी स्क्रिप्ट लिखनी है नवे रोल चाणे है बहुत कुछ करन लई बाकी है ते कहानी नवे सिरे तो शुरू होने जा रही है साडे सारयां वल्लों उन्हां नूं बहुत 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 शुभकामनावां जी कोई